ਜਿਹੜਾ ਜਿਹੜਾ ਸਾਡਾ ਪ੍ਰੋਟੈਸਟ ਹੈ, ਜਿਸ ਪ੍ਰਕਾਰ ਬਜਟ ਆਇਆ ਔਰ ਬਜਟ ਦੇ ਵਿੱਚ ਪੰਜਾਬ ਨੂੰ ਅਣਦੇਖਾ ਕੀਤਾ ਗਿਆ, ਅਸੀਂ ਆਪਦੇ ਹੱਕਾਂ ਦੀ ਲੜਾਈ ਵਾਸਤੇ ਔਰ ਪੰਜਾਬ ਦੇ ਵਾਸਤੇ ਅੱਜ ਅਸੀਂ ਇਹ ਪ੍ਰੋਟੈਸਟ ਕੀਤਾ। ਪੂਰੇ ਦਾ ਪੂਰਾ ਬਜਟ ਆਂਧਰਾ ਪ੍ਰਦੇਸ਼ ਔਰ ਬਿਹਾਰ ਨੂੰ ਲੁਟਾ ਦਿੱਤਾ ਗਿਆ, ਕਿਉਂਕਿ ਅਲਾਇੰਸ ਪਾਰਟਨਰ ਹੈ। ਅਗਰ ਉਹਨਾਂ ਨੂੰ ਇਗਨੋਰ ਕੀਤਾ ਗਿਆ ਤਾਂ ਸਰਕਾਰ ਗਿਰ ਜਾਏਗੀ। ਲੇਕਿਨ ਪੰਜਾਬ ਦੇ ਨਾਲ ਬਾਰਡਰਿੰਗ ਸਟੇਟ ਹੈ, ਫਲੱਡ ਆਇਆ ਪੰਜਾਬ ਦੇ ਅੰਦਰ ਪਿਛਲੀ ਵਾਰੀ, ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ, 10,000 ਕਰੋੜ ਦਾ ਨੁਕਸਾਨ ਹੋ ਗਿਆ। ਈਵਨ ਕਿ ਕਈ ਸਟੇਟਾਂ ਨੂੰ ਇਹਨਾਂ ਨੇ ਕਿਹਾ ਕਿ ਫਲੱਡ ਅਸਿਸਟੈਂਸ ਅਸੀਂ ਦੇਵਾਂਗੇ, ਲੇਕਿਨ ਪੰਜਾਬ ਨੂੰ ਉਸ ਪੱਖੋਂ ਵੀ ਇਗਨੋਰ ਕੀਤਾ ਗਿਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਔਰ ਪੰਜਾਬ ਦੇ ਕਿਸਾਨ ਔਰ ਪੰਜਾਬ ਦੇ ਵਪਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖ ਵਿਚ ਰੜਕਦੇ ਨੇ। ਇਸ ਕਰਕੇ ਉਹਨਾਂ ਨੇ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕੀਤਾ, ਕਿਉਂਕਿ ਇੱਕ ਵੀ ਸੀਟ 36 ਸਾਲਾਂ ਬਾਅਦ ਪੰਜਾਬ ਨੇ ਬੀਜੇਪੀ ਨੂੰ ਨਹੀਂ ਦਿੱਤੀ। ਸੋ ਇਸ ਕਰਕੇ ਸਾਡੇ ਕੇਰਲਾ ਦੇ ਨਾਲ ਇਹ ਵਿਤਕਰਾ ਹੋਇਆ, ਜਿੱਥੇ ਜਿੱਥੇ ਇੱਕ ਵੀ ਸੀਟ ਬੀਜੇਪੀ ਨੂੰ ਨਹੀਂ ਆਈ ਉੱਥੇ ਟੋਟਲੀ ਇਗਨੋਰ ਪੰਜਾਬ ਦੇ ਪੰਜਾਬ ਉਹਨਾਂ ਸਟੇਟਸ ਨੂੰ ਕੀਤਾ ਗਿਆ। ਸੋ ਇਸ ਕਰਕੇ ਅਸੀਂ ਤਮਾਮ ਜਿਹੜੇ ਐਮਪੀ ਸਾਹਿਬਾਨਾਂ ਨੇ ਅਸੀਂ ਅੱਜ ਪ੍ਰੋਟੈਸਟ ਕੀਤਾ। ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ, ਜਿਸ ਪ੍ਰਕਾਰ ਬਜਟ ਆਇਆ ਔਰ ਬਜਟ ਦੇ ਵਿੱਚ ਪੰਜਾਬ ਨੂੰ ਅਣਦੇਖਾ ਕੀਤਾ ਗਿਆ, ਅਸੀਂ ਆਪਦੇ ਹੱਕਾਂ ਦੀ ਲੜਾਈ ਵਾਸਤੇ ਔਰ ਪੰਜਾਬ ਦੇ ਵਾਸਤੇ ਅੱਜ ਅਸੀਂ ਇਹ ਪ੍ਰੋਟੈਸਟ ਕੀਤਾ। ਪੂਰੇ ਦਾ ਪੂਰਾ ਬਜਟ ਆਂਧਰਾ ਪ੍ਰਦੇਸ਼ ਔਰ ਬਿਹਾਰ ਨੂੰ ਲੁਟਾ ਦਿੱਤਾ ਗਿਆ, ਕਿਉਂਕਿ ਅਲਾਇੰਸ ਪਾਰਟਨਰ ਹੈ। ਅਗਰ ਉਹਨਾਂ ਨੂੰ ਇਗਨੋਰ ਕੀਤਾ ਗਿਆ ਤਾਂ ਸਰਕਾਰ ਗਿਰ ਜਾਏਗੀ। ਲੇਕਿਨ ਪੰਜਾਬ ਦੇ ਨਾਲ ਬਾਰਡਰਿੰਗ ਸਟੇਟ ਹੈ, ਫਲੱਡ ਆਇਆ ਪੰਜਾਬ ਦੇ ਅੰਦਰ ਪਿਛਲੀ ਵਾਰੀ, ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ, 10,000 ਕਰੋੜ ਦਾ ਨੁਕਸਾਨ ਹੋ ਗਿਆ। ਈਵਨ ਕਿ ਕਈ ਸਟੇਟਾਂ ਨੂੰ ਇਹਨਾਂ ਨੇ ਕਿਹਾ ਕਿ ਫਲੱਡ ਅਸਿਸਟੈਂਸ ਅਸੀਂ ਦੇਵਾਂਗੇ, ਲੇਕਿਨ ਪੰਜਾਬ ਨੂੰ ਉਸ ਪੱਖੋਂ ਵੀ ਇਗਨੋਰ ਕੀਤਾ ਗਿਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਔਰ ਪੰਜਾਬ ਦੇ ਕਿਸਾਨ ਔਰ ਪੰਜਾਬ ਦੇ ਵਪਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖ ਵਿਚ ਰੜਕਦੇ ਨੇ। ਇਸ ਕਰਕੇ ਉਹਨਾਂ ਨੇ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕੀਤਾ, ਕਿਉਂਕਿ ਇੱਕ ਵੀ ਸੀਟ 36 ਸਾਲਾਂ ਬਾਅਦ ਪੰਜਾਬ ਨੇ ਬੀਜੇਪੀ ਨੂੰ ਨਹੀਂ ਦਿੱਤੀ। ਸੋ ਇਸ ਕਰਕੇ ਸਾਡੇ ਕੇਰਲਾ ਦੇ ਨਾਲ ਇਹ ਵਿਤਕਰਾ ਹੋਇਆ, ਜਿੱਥੇ ਜਿੱਥੇ ਇੱਕ ਵੀ ਸੀਟ ਬੀਜੇਪੀ ਨੂੰ ਨਹੀਂ ਆਈ ਉੱਥੇ ਟੋਟਲੀ ਇਗਨੋਰ ਪੰਜਾਬ ਦੇ ਪੰਜਾਬ ਉਹਨਾਂ ਸਟੇਟਸ ਨੂੰ ਕੀਤਾ ਗਿਆ। ਸੋ ਇਸ ਕਰਕੇ ਅਸੀਂ ਤਮਾਮ ਜਿਹੜੇ ਐਮਪੀ ਸਾਹਿਬਾਨਾਂ ਨੇ ਅਸੀਂ ਅੱਜ ਪ੍ਰੋਟੈਸਟ ਕੀਤਾ। ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ, ਜਿਸ ਪ੍ਰਕਾਰ ਬਜਟ ਆਇਆ ਔਰ ਬਜਟ ਦੇ ਵਿੱਚ ਪੰਜਾਬ ਨੂੰ ਅਣਦੇਖਾ ਕੀਤਾ ਗਿਆ, ਅਸੀਂ ਆਪਦੇ ਹੱਕਾਂ ਦੀ ਲੜਾਈ ਵਾਸਤੇ ਔਰ ਪੰਜਾਬ ਦੇ ਵਾਸਤੇ ਅੱਜ ਅਸੀਂ ਇਹ ਪ੍ਰੋਟੈਸਟ ਕੀਤਾ। ਪੂਰੇ ਦਾ ਪੂਰਾ ਬਜਟ ਆਂਧਰਾ ਪ੍ਰਦੇਸ਼ ਔਰ ਬਿਹਾਰ ਨੂੰ ਲੁਟਾ ਦਿੱਤਾ ਗਿਆ, ਕਿਉਂਕਿ ਅਲਾਇੰਸ ਪਾਰਟਨਰ ਹੈ। ਅਗਰ ਉਹਨਾਂ ਨੂੰ ਇਗਨੋਰ ਕੀਤਾ ਗਿਆ ਤਾਂ ਸਰਕਾਰ ਗਿਰ ਜਾਏਗੀ। ਲੇਕਿਨ ਪੰਜਾਬ ਦੇ ਨਾਲ ਬਾਰਡਰਿੰਗ ਸਟੇਟ ਹੈ, ਫਲੱਡ ਆਇਆ ਪੰਜਾਬ ਦੇ ਅੰਦਰ ਪਿਛਲੀ ਵਾਰੀ, ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ, 10,000 ਕਰੋੜ ਦਾ ਨੁਕਸਾਨ ਹੋ ਗਿਆ। ਈਵਨ ਕਿ ਕਈ ਸਟੇਟਾਂ ਨੂੰ ਇਹਨਾਂ ਨੇ ਕਿਹਾ ਕਿ ਫਲੱਡ ਅਸਿਸਟੈਂਸ ਅਸੀਂ ਦੇਵਾਂਗੇ, ਲੇਕਿਨ ਪੰਜਾਬ ਨੂੰ ਉਸ ਪੱਖੋਂ ਵੀ ਇਗਨੋਰ ਕੀਤਾ ਗਿਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਔਰ ਪੰਜਾਬ ਦੇ ਕਿਸਾਨ ਔਰ ਪੰਜਾਬ ਦੇ ਵਪਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖ ਵਿਚ ਰੜਕਦੇ ਨੇ। ਇਸ ਕਰਕੇ ਉਹਨਾਂ ਨੇ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕੀਤਾ, ਕਿਉਂਕਿ ਇੱਕ ਵੀ ਸੀਟ 36 ਸਾਲਾਂ ਬਾਅਦ ਪੰਜਾਬ ਨੇ ਬੀਜੇਪੀ ਨੂੰ ਨਹੀਂ ਦਿੱਤੀ। ਸੋ ਇਸ ਕਰਕੇ ਸਾਡੇ ਕੇਰਲਾ ਦੇ ਨਾਲ ਇਹ ਵਿਤਕਰਾ ਹੋਇਆ, ਜਿੱਥੇ ਜਿੱਥੇ ਇੱਕ ਵੀ ਸੀਟ ਬੀਜੇਪੀ ਨੂੰ ਨਹੀਂ ਆਈ ਉੱਥੇ ਟੋਟਲੀ ਇਗਨੋਰ ਪੰਜਾਬ ਦੇ ਪੰਜਾਬ ਉਹਨਾਂ ਸਟੇਟਸ ਨੂੰ ਕੀਤਾ ਗਿਆ। ਸੋ ਇਸ ਕਰਕੇ ਅਸੀਂ ਤਮਾਮ ਜਿਹੜੇ ਐਮਪੀ ਸਾਹਿਬਾਨਾਂ ਨੇ ਅਸੀਂ ਅੱਜ ਪ੍ਰੋਟੈਸਟ ਕੀਤਾ।